ਯਜ਼ੀਦ ਕਬੀਲੇ ਨੇ ਆਖਿਆ ਮੈਂ ਇਹ ਜੀ ਮੈਡਮ ਦੀ ਇੱਜ਼ਤ ਜਿਹੜੀ ਹੈ ਨਾ ਦੀਨ ਦੇ ਵਿੱਚ ਕੀ ਫਰਕ ਹੈ, ਮਾਂ ਦੇ ਵਿੱਚ ਕੀ ਫਰਕ ਹੈ, ਬੀਬੀ ਦੇ ਵਿੱਚ ਕੀ ਫਰਕ ਹੋ ਸਕਦਾ, ਮੈਂ ਸਾਰਾ ਫਰਕ ਖਤਮ ਕਰ ਦੇਣਾ। ਹੁਸੈਨ ਮੌਲਾ ਨੇ ਫਰਮਾਇਆ ਮੇਰੇ ਹੁੰਦੇ ਨਹੀਂ ਹੋ ਸਕਦਾ। ਉਸਾ ਕਿਹਾ ਮੈਂ ਸਭੀ ਮਾਂ ਦੇ ਨਾਲ ਨਿਕਾਹ ਨੂੰ ਜਾਇਜ਼ ਕਰਾਂਗਾ। ਹੁਸੈਨ ਮੌਲਾ ਫਰਮਾਇਆ ਮੈਂ ਨਬੀ ਦਾ ਨਵਾਸਾ ਦਿੰਦਾ, ਮੇਰੇ ਹੁੰਦੇ ਹੋ ਸਕਦਾ। ਅੱਜ ਵੀ ਕਈ ਕਬੀਲੇ ਨੇ, ਇੰਡੀਆ ਦੇ ਵਿੱਚ ਵੀ ਹੈ, ਬੜਾ ਸੋਸ਼ਲ ਮੀਡੀਆ ਤੇ ਵਾਇਰਲ ਨੇ, ਉਹਨਾਂ ਮੁਸਲਮਾਨਾਂ ਦੀਆਂ ਧੀਆਂ ਦੇ ਉੱਤੇ ਜ਼ੁਲਮ ਸਿਤਮ ਦੀ ਇੰਤਹਾ ਕਰਨ ਦੀ ਨਾਪਾਕ ਕੋਸ਼ਿਸ਼, ਜਿਨ੍ਹਾਂ ਨੇ ਬੁਰਖਾ ਪਾਇਆ ਇੰਡੀਆ ਦੇ, ਉਹਨਾਂ ਕਮੀਨੇ ਲੋਕਾਂ ਨੇ ਉਹਨਾਂ ਦੀ ਇੱਜ਼ਤ ਨੂੰ ਤਾਰ ਤਾਰ ਕਰਨ ਦੀ ਕੋਸ਼ਿਸ਼ ਕੀਤੀ। ਆਪ ਉਸ ਵੇਲੇ ਅਸੀਂ ਲੱਖਾਂ ਤੋਂ ਹੱਥਾਂ ਨਾਲ ਸਲਾਮ ਪੇਸ਼ ਕਰਦੇ ਹਾਂ ਉਸ ਮੁਸਲਮਾਨਾਂ ਦੀ ਧੀ ਨੂੰ ਜਿਨ੍ਹੇ ਕੁਫਰ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਸ਼ਾਮਲ ਕਰਨਾ ਚਾਹੁੰਦੇ ਹੋ ਉਹ ਕੁਰਾਨ ਕਰੀਮ
کے بندہ جان جاتا ہے اے میری زندگی جناب والا اپنی زندگی کا کوئی نہیں اے تیار زندگی ہے آؤ اس زندگی کی تیاری کریے اس زندگی کی آواز دے اندر ہی فتو آپ چہرے والے کی زیارت کرے گی آؤ ایک دنیا پر چار روزہ زندگی ہے اے چار بگانی اپنی نہیں ہوگا اس حضور Good job.